ਇੱਕ ਵਾਰ ਤਾਂ ਰੋਜ਼ ਲੱਸੀ ਪੀਣੀ ਜਾਂਦਾ ਕੋਈ ਘਰ ਸਵੇਰੇ ਲੱਸੀ ਪੀਣੀ ਤਾਂ ਉਹਦੀ ਮੁੱਛ ਵਿੱਚ ਬਾਣੀ ਬਾਣੀ ਡੁੱਬ ਜਾਣੀ। ਇਹ ਤਾਂ ਸਾਰੇ ਮੁੱਛ ਵਾਸ ਕਰਾਈ ਗਿਆ ਅੱਗੇ ਗਿਆ ਤਾਂ ਉਹਨੇ ਕਹਿੰਦੇ ਲੱਸੀ ਫੇਰੀ ਨਹੀਂ ਲੈ ਉਹਨੇ ਕਿਹਾ ਭੈਣ ਦੀ ਮੁੱਛ ਵੀ ਕਟਾਈ ਤੇ ਲੱਸੀ ਨਹੀਂ ਸਾਰੀ ਕਹਾਣੀ ਇਹ ਜਾਇਆ ਮਗਾਨਾ ਭੈਣ ਚ ਜਾਇ ਮਗਾਨਾ ਭੈਣ ਚਲਾਇਆ ਉਹ ਜਾਇ ਨੇ ਐਨ ਮੌਕੇ ਮੌਕੇ ਧੋਖਾ ਦਿੱਤਾ ਤੁਸੀਂ ਸਾਈ ਸਕਦਾ ਤੁਸੀਂ ਸਾਰੇ ਆਪਣੇ ਗੁੜੇ ਸਾਥੀ ਇਸ ਏਰੀਏ ਦੀ ਸਾਰੇ ਬੋਰਡ ਕਿੱਠੀ ਬਣ ਇਹ ਬਿਲਕੁਲ ਡਿਵਾਈਡ ਨਹੀਂ ਦਿਖਣਾ ਚਾਹੀਦਾ ਇਹ ਯੂਨਾਈਟ ਦਿਖਣਾ ਚਾਹੀਦਾ ਮੇਰੀ ਰਿਕੁਐਸਟ ਹੈ। ਦੇਖੋ ਜਿਹੜੇ ਵਕਤ ਬਦਲਿਆ ਅਸੀਂ ਸਾਰੇ ਬਦਲਣਾ ਚਾਹੁੰਦੇ ਮੈਂ ਨਹੀਂ ਬਦਲਿਆ ਸਮਝ ਆ ਰਹੀ ਨਹੀਂ ਮੈਂ ਨਹੀਂ ਬਦਲਿਆ ਔਰ ਅਸੀਂ ਪਾਰਟੀਆਂ ਕਹਿੰਦੇ ਕੋਈ ਵਿਆਹ ਥੋੜ੍ਹੀ ਲਾੜੀ ਥੋੜ੍ਹੀ ਹੈ ਕੋਈ ਭੈਣ ਜੀ ਛੁੜਕਦੀ ਨਹੀਂ ਹੈ ਸੱਚੀ ਗੱਲ ਹੈ ਇਹ ਗੱਲ ਹੈ ਕਿ ਜਿਸਲੇ ਪਤਾ ਲੱਗੇ ਵੀ ਸਾਡੇ ਬੱਚੇ ਦੇ ਭਵਿੱਖ ਵਾਸਤੇ ਔਰ ਸਾਡੇ ਬਜ਼ੁਰਗਾਂ ਦੇ ਸਾਡੀ ਮਾਵੇਂ ਭੈਣਾਂ ਦੇ ਭਵਿੱਖ ਵਾਸਤੇ ਅਗਰ ਇਹ ਪਾਰਟੀ ਸੂਟ ਨਹੀਂ ਕਰਾ ਦੀ ਤਾਂ ਮੇਰੇ ਖਿਆਲ ਉਸ ਲਈ ਲੜਨਾ ਚਾਹੀਦਾ। ਕਾਨੂੰਨੀ ਬੰਦਾ ਹੈ ਪੜ੍ਹਿਆ ਲਿਖਿਆ ਵੀ ਹੈ ਕਾਨੂੰਨ ਵੀ ਚਲਾਉਣਾ ਤਾਂ ਧੱਕਾ ਸ਼ਾਹ ਵੀ ਚਲਾਉਣਾ ਸਾਰੇ ਕੰਮ ਲੇਕਿਨ ਉਹਦੇ 'ਚ ਕਾਨੂੰਨ ਹੁੰਦਾ ਵੀ ਗੋਹੇ ਲਾਇਆ ਮਾਰੇ ਉਹ ਮੁਜ਼ੱਫਰ ਹੁਸੈਨ ਬੇਗ ਬੋਲਦੇ ਉਹ ਲਾਰਡ ਪਾਰਲੀਮੈਂਟ ਮਿਨਿਸਟਰ ਚੋਰ ਸਾਹਿਬ ਦੇਖਿਆ ਆਪ ਡਾਕਟਰ ਕੋਈ ਜੁਰਮਾਨਾ ਕਿਸੇ ਕਰਦੇ ਹੋ ਮੈਂ ਕਿਉਂ ਕਹਿੰਦਾ ਮੈਨੇ ਲਾ ਸਾਰਾ ਪੜ੍ਹਾ ਕਹੀਂ ਲਿਖਿਆ ਹੀ ਨਹੀਂ ਮੈਂ ਕਿਹਾ ਜੋ ਲੋਕੋ ਕੋ ਸੂਟ ਕਰੇ ਨਾ ਉਹ ਹੀ ਕਾਨੂੰਨ ਹੈ ਮੈਂ ਲਾਜ ਉਹ ਵਾਲਾ ਡਾਕਟਰ ਦਿਖਾ ਦੇ ਨਾ ਮੈਂ ਦਿਖਾਇਆ ਮੈਂ ਮਿਗੀ ਨੁਕਸਾਨ ਹੋਇਆ ਕੋਈ ਇਹ ਨਹੀਂ ਤੇ ਮੈਂ ਤੂੰ ਵੀ ਜਿਹੜੀ ਵਕੀਲੇ ਦੀ ਵਰਦੀ ਪਾਈ ਸੀ ਨਾ ਔਰ ਸਾਡੇ ਲੋਕ ਕਹਿੰਦੇ ਸ਼ਰਤ ਤੋਂ ਖਾਇਆ ਜਿੱਥੇ ਅਸ ਲੋਕ ਕੰਮ ਕਾਰੋਬਾਰ ਕਰਨੇ ਆ ਇਸ ਕਰੀਏ ਇਸ ਅਗਨੀ ਵੀਰ ਵੀ ਖਤਮ ਕਰਾਂਗੇ ਅਸੀਂ ਉੱਥੇ ਔਰ ਇਹ ਲਿਖੀ ਲਓ ਨਵੇਂ ਲੜਕੇ ਨੌਕਰੀ ਹੋ ਗਈ ਤਾਂ ਪੱਕੀ ਹੋ ਗਿਆ ਸੀ ਤਾਂ ਅਸੀਂ ਤੁਸੀਂ ਵੀ ਕਾਲੇ ਪੈ ਜਾਂਦੇ ਝੜ ਚਲੀ ਪਾਉਂਦੇ ਨਾ ਉਹਦੇ ਬਾਬਾ ਨਾ ਪੋਈ ਨਹੀਂ ਫੀਤਾ ਮੈਂ ਕੱਚਾ ਲੱਗੀ ਜਾਣਾ ਨਹੀਂ ਲੱਗਣਾ ਲੜਨਾ ਅਸ ਲੋਕ ਨਹੀਂ ਲੜਦੇ ਆਪਣੇ ਫਿਰ ਕਾਨੂੰਨ ਲਾਗੂ ਕਰੀ ਜਾਣੇ ਸਾਰੇ ਲੋਕ ਕਾਨੂੰਨ ਲਾਗੂ ਕਰੀ ਜਾਣੇ ਮੈਂ ਜਨਾਬ ਸਾਰੇ ਗਲਾਂ ਚਾਹੁੰਦਾ ਇਸ ਕਰੀਏ ਤੁਸੀਂ ਮੀਡੀਆ ਲਈ ਮੈਂ ਗਲਾਂ ਚਾਹੁੰਦਾ ਤੁਸੀਂ ਮੀਡੀਆ ਜਿਹੜਾ ਸਾਡਾ ਸਹਿਯੋਗ ਕਰਾ ਦਿਓ ਬਾਕੀ ਤਾਂ ਕਰਦਾ ਕੋਈ ਨਹੀਂ। ਦੇਖੋ ਨੌਜਵਾਨ ਪੜ੍ਹਾ ਲਿਖਾ ਅੱਜ ਕੱਲ੍ਹ ਕੋਈ ਬੇਕੂਟ ਵੀ ਨਹੀਂ ਔਰ ਸਾਰਾ ਦਿਨ ਇਹ ਦੇਖਦੇ ਰਹਿੰਦੇ ਕਰਤੂਤਾਂ ਲੋਕਾਂ ਦੀਆਂ ਔਰ ਨੌਜਵਾਨ ਕੀ ਸਮਝ ਆਈ ਚੁੱਕੀ ਦੀ ਆ ਇਹ ਵੈਰੀ ਫਿਊ ਨੌਜਵਾਨ ਜਿਹੜੇ ਵਿਚਾਰੇ ਵਿੱਚ ਖਰਾਬ ਹੋਈ ਆ ਦਿਨ ਔਰ ਮਜ਼ਾਰਟੀ ਨੌਜਵਾਨ ਇਸ ਲਈ ਬੜਾ ਯੂਨਾਈਟਡ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਨੌਜਵਾਨ ਨੇ ਤਬਦੀਲੀ ਦਾ ਪੂਰਾ ਮੂਡ ਬਣਾਇਆ ਦਾ ਔਰ ਇਹਦੀ ਤਬਦੀਲੀ ਕਹਿੰਦਾ ਇਹਦੇ ਫਿਊਚਰ ਦੀ ਤਬਦੀਲੀ ਹੈ ਔਰ ਮੈਂ ਦਿੰਦੇ ਕਹਿੰਦੇ ਹਾਂ ਸ਼ਾਨਾ ਬਸ਼ਾਨਾ ਜਿੱਥੇ ਆਖਣੇ ਜਿੱਥੇ ਲੜਨਾ ਇਹ ਕੰਪਨੀਆਂ ਜੇ ਬਣੀ ਲੈਂਦੇ ਜੇ ਬੰਦੇ ਸਾੜੇ ਨਹੀਂ ਲੱਗਦੇ ਕੀ ਲਾਉਂਦੇ ਪੁੱਤਰ ਚੌਧਰੀ ਸਾਹਿਬ ਇਲੈਕਸ਼ਨ ਜਿਹੜੀ ਹੈ ਕਠੂਆ ਹੋਈ ਇਹਦੀ ਹੈ ਉਹਦੇ ਬਾਰੇ 'ਚ ਕੁਛ ਦੱਸਗੇ ਮਤਲਬ ਕਿ ਅੱਜ ਤੁਸੀਂ ਗੁੜਾ ਸਾਥੀਆਂ ਪੁੱਜਦੇ ਕਿ ਉੱਥੇ ਕੈਸਾ ਮਾਹੌਲ ਰਿਹਾ ਰੱਬ ਦੀ ਦਿਆ ਰੱਬ ਦੀ ਦਿਆ ਮਾਤਾ ਰਾਣੀ ਦਿਆ ਔਰ ਇਹ ਨਾ ਮਾਹੌਲ ਮੈਂ 2004 'ਚ ਵੀ ਲੜਿਆ 9 'ਚ ਲੜਿਆ ਅਨਿਹਾ ਅਨਿਹਾ ਔਰ ਜਿੰਨਾ ਲੋਕਾਂ ਮੈਂ ਇਸ ਬਾਰੇ ਪ੍ਰੇਮ ਦਿੱਤਾ ਪਿਆਰ ਦਿੱਤਾ ਤੁਹਾਡੇ ਲਾਗੇ ਦੇਖ ਲਓ ਸਾਰੇ ਦੇਖ ਲਓ ਮੈਂ ਜਿੱਥੇ ਜਾਣਾ ਮੈਂ ਕੱਲ੍ਹ ਰਿਆਸੀ ਦੇ ਦੂਰ ਪਹਾੜੇ ਫਿਰਦਾ ਭਰਾ ਸਾਹਿਬ ਜੱਫੀਆਂ ਪਾਈ ਪਾਈ ਉਹ ਮੇਰੇ ਵਿਚਾਰੇ ਹੀ ਉੱਧਰ ਰਹੀ ਹੈ ਸਾਰੇ ਮੈਂ ਕਿਹਾ ਉਹ ਯਾਰ ਮਿਲਿਆ ਮੁਲਿਆ ਮੈਂ ਤੁਸੀਂ ਗਲਾਨਾ ਤੁਸੀਂ ਕੀ ਇਹ ਦਿੱਕਤ ਨਹੀਂ ਆਗ ਵੀ ਕੋਈ ਕੌਣ ਖਲੋਤਦਾ ਤੁਸੀਂ ਸਮਝੋ ਲਾਲ ਸਿੰਘ ਖਲੋਤਦਾ ਤੁਸੀਂ ਮਿਗੀ ਤੁਸੀਂ ਮਿਗੀ ਜਿਸ ਵੇਲੇ ਸਦਕੇ ਮੈਂ ਨਹੀਂ ਆਗਾ ਤਾਂ ਮਿਗੀ ਤੁਸੀਂ ਮੈਂ ਉਹਦੇ ਬਾਅਦ ਮੇਰਾ ਪਰਮਾਨੈਂਟ ਬੰਦ ਕਰ ਮੇਰਾ ਵੀ ਮੈਂ ਦੁਆਲੇ ਇੱਥੇ ਲੰਘੀ ਨਹੀਂ ਸਕਦਾ
ਫਿਰ ਤੁਸੀਂ ਰਾਜਪੂਤ ਹੋ, ਮੈਂ ਡਕਲਾ ਅਸੀਂ ਤਾਂ ਇਹ ਕਰਦੇ ਨੇ ਪਿਆਰ। ਔਰ ਵੀ ਪੂਰਾ ਭਰੋਸਾ ਕਿ ਤੁਸੀਂ ਲੋਕ ਆਪਣੀ ਪਗੜੀ ਔਰ ਮੇਰੀ ਪਗੜੀ ਦਾ ਵੀ ਖਿਆਲ ਰੱਖੇ।